ਇਹ ਮੇਨ ਆਪਣੀ ਕੋਡੇਲੀਆ ਜਿਹ ਤੇ ਆਪਾਂ ਜਾਣਾ ਕੋਡੇਲੀਆ ਕਹੋਗੇ ਕੋਡੇਲੀਆ ਜੋ ਵੀ ਤੁਸੀਂ ਪ੍ਰੋਨਾਂਸ ਕਰੋ ਇਹਨੂੰ ਪਤਾ ਹੈ ਕਿ ਹਰ ਮੈਂਬਰ ਕੇ ਪਾਸ ਮੈਂ ਅਲਗ ਕੀ ਕਾਰਡ ਰਹਿਤਾ ਹੈ ਰੂਮ ਕਾਰਡ ਰਹਿਤਾ ਹੈ ਇਸਕਾ ਕਾਰਨ ਕਿਆ ਰਹਿਤਾ ਹੈ ਕਿ ਇਹ ਆਪਕਾ ਕ੍ਰੈਡਿਟ ਕਾਰਡ ਹੈ ਡੈਬਿਟ ਕਾਰਡ ਹੈ ਜੋ ਵੀ ਸਮਝ ਲਓ 320 321 ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ ਅਤੇ ਨਾਲ ਹੀ ਨਵੇਂ ਟਰੈਵਲ ਦੇ ਵਿੱਚ। ਯਾਰ ਵੈਸੇ ਤਾਂ ਮੇਰੇ ਕੋਲ 2-4 ਵੀਜ਼ਾਸ ਪਏ ਸੀਗੇ, ਇੱਕ ਅੱਧਾ ਵੀਜ਼ਾ ਮੇਰਾ ਖਰਾਬ ਵੀ ਹੋ ਜੂਗਾ, ਕਾਫੀ ਦੂਰ ਨੇੜੇ ਦੀਆਂ ਕੰਟਰੀਜ਼ ਦੇ ਵੀਜ਼ੇ ਸੀਗੇ। ਉਸ ਤੋਂ ਪਹਿਲਾਂ ਆਪਾਂ ਜਾ ਰਹੇ ਹਾਂ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਇੱਦਾਂ ਦੀ ਜਗ੍ਹਾ ਦੇ ਉੱਤੇ ਜਿੱਥੇ ਸਾਈਕਲ 'ਤੇ ਨਹੀਂ ਜਾਇਆ ਜਾ ਸਕਦਾ, ਬੱਸ 'ਤੇ ਨਹੀਂ ਜਾਇਆ ਜਾ ਸਕਦਾ, ਟ੍ਰੇਨ 'ਤੇ ਨਹੀਂ ਜਾਇਆ ਜਾ ਸਕਦਾ, ਕਾਰ 'ਤੇ ਵੀ ਨਹੀਂ ਜਾਇਆ ਜਾ ਸਕਦਾ। ਜਿੱਥੇ ਜਾਣ ਲਈ ਦੋ ਹੀ ਰਸਤੇ ਆ, ਦੀ ਫੈਰੀ ਹੁੰਦੀਆਂ ਜਿਹੜੀਆਂ ਕਰੂਜ਼ ਹੁੰਦੀਆਂ, ਕਰੂਜ਼ ਜਾਂ ਫਿਰ ਫਲਾਈ ਕਰਕੇ। ਸਭ ਤੋਂ ਪਹਿਲਾਂ ਮੈਂ ਬੈਠਾ ਹੋਇਆ ਦਿੱਲੀ ਏਅਰਪੋਰਟ ਦੇ ਉੱਤੇ ਟਰਮੀਨਲ 3 ਦੇ ਉੱਤੇ, ਉੱਥੇ ਮੇਰੀ ਵਿਸਤਾਰਾ ਦੀ ਫਲਾਈਟ ਆ ਜਿਹੜੀ ਕਿ ਮੈਨੂੰ ਲੈ ਕੇ ਜਾਊਗੀ ਗੋਆ। ਸੋ ਗੋਆ ਤੋਂ ਅੱਗੇ ਆਪਾਂ ਚੱਲਾਂਗੇ ਲਕਸ਼ਦੀਪ। ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਜਾਣਾ ਉੱਥੇ ਤਾਂ ਤੁਹਾਨੂੰ ਆਪਦਾ ਜਿਹੜਾ ਸਮਾਨ ਆ ਉਹ ਕਰੂਜ਼ ਦੇ ਵਿੱਚ ਜਾਂ ਜਹਾਜ਼ ਦੇ ਵਿੱਚ ਲੋਡ ਕਰਨਾ ਪਊਗਾ, ਫਿਰ ਉੱਥੇ ਜਾਓਗੇ। ਨਹੀਂ ਤਾਂ ਸਿਰਫ ਦੋ ਹੀ ਤਰੀਕੇ ਇੱਥੇ ਜਾਣ ਦੇ, ਲਕਸ਼ਦੀਪ ਜਿਹਨਾਂ ਬਾਰੇ ਤੁਸੀਂ ਪੜ੍ਹਿਆ ਹੋਣਾ, ਸੁਣਿਆ ਹੋਣਾ, ਤਾਂ ਹੁਣ ਆਪਾਂ ਤੁਹਾਨੂੰ ਉੱਥੇ ਲੈ ਕੇ ਚੱਲਾਂਗੇ। ਮੈਂ ਕਾਫੀ ਢਿੱਲਾ ਹੋਇਆ ਪਿਆ ਕਿਉਂਕਿ ਯਾਰ ਰਾਤ ਦੇ ਸੁੱਤੇ ਸੱਤਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ। ਸੋ ਮੈਂ ਪਹੁੰਚ ਗਿਆ ਸੀਗਾ ਯਾਰ ਗੋਆ। ਸੋ ਗੋਆ ਇਸ ਟਾਈਮ ਮੈਂ ਆਪਣੇ ਰੂਮ ਦੇ ਵਿੱਚ ਹਾਂ, ਇਹ ਕੁਛ ਰੂਮ ਸੀਗਾ ਮੇਰਾ। ਕੱਲ੍ਹ ਮੈਂ ਸਵੇਰੇ ਚੱਲਿਆ ਸੀ ਚੰਡੀਗੜ੍ਹ ਤੋਂ, ਸਵੇਰੇ ਪਹੁੰਚਿਆ ਦਿੱਲੀ, ਦਿੱਲੀ ਤੋਂ ਫਲਾਈਟ ਫੜ ਕੇ 2 ਘੰਟੇ ਦੇ ਵਿੱਚ ਗੋਆ ਪਹੁੰਚ ਗਿਆ ਸੀਗਾ। ਅਤੇ ਉਹ ਤੁਸੀਂ ਦੇਖਿਆ ਹੀ ਸਾਰਾ ਹੈ ਨਾ ਪਿੱਛੇ। ਅਤੇ ਫਿਰ ਕੱਲ੍ਹ ਥੱਕ ਗਿਆ ਸੀਗਾ ਯਾਰ, ਮੈਂ ਸੌਂ ਸੁ ਗਿਆ। ਬਾਕੀ ਗੱਲਾਂ ਆਪਾਂ ਕਰਾਂਗੇ। ਆਪਾਂ ਜਾ ਰਹੇ ਹਾਂ ਕਰੂਜ਼ ਦੇ ਉੱਤੇ, ਜਿਹੜੀ ਕਰੂਜ਼ ਦੇ ਉੱਤੇ ਜਾ ਰਹੇ ਹਾਂ ਕਾਫੀ ਲਗਜ਼ਰੀ ਜੀ ਕਰੂਜ਼ ਆ, ਅਤੇ ਉੱਥੇ ਚੱਲ ਕੇ ਤੁਹਾਨੂੰ ਪਤਾ ਲੱਗੂ ਅਤੇ ਮੇਰੇ ਨਾਲ ਜਾ ਰਿਹਾ ਪ੍ਰਤੀਕ ਭਾਈ ਮੁੰਬਈ ਵਾਲੇ, ਸ਼ਾਇਦ ਉੱਥੇ ਪਹੁੰਚ ਗਏ ਹੋਣਗੇ ਅਤੇ ਵੇਟ ਕਰ ਰਿਹਾ। ਬਸ ਮੈਂ ਵੀ ਹੁਣ ਨਿਕਲਣ ਲੱਗਾ ਇੱਥੋਂ। ਆਹ ਜਿਹੜਾ ਪਿੱਛੇ ਆ ਇੱਧਰਲਾ ਜਿੱਥੇ ਬੂਟੇ ਜ਼ਿਆਦਾ ਲੱਗੇ ਹੋਏ ਆ, ਇਹ ਸੀਗਾ ਮੇਰਾ ਗੈਸਟ ਹਾਊਸ। ਇੱਧਰ ਵੀ ਆ ਸਾਰੇ ਗੈਸਟ ਹਾਊਸ ਹੀ ਬਣੇ ਹੋਏ ਆ, ਅਤੇ ਇੱਥੋਂ ਜਾ ਕੇ ਮੈਨੂੰ ਫੜਨੀ ਪੈਣੀ ਆ ਬੱਸ। ਇਹ ਜਿਹੜੀ ਮੇਰੇ ਸਾਹਮਣੇ ਆ ਨਾ, ਇੱਧਰ ਇਹ ਗੋਆ ਯੂਨੀਵਰਸਿਟੀ ਆ, ਉੱਥੇ ਇੱਕ ਬੱਸ ਸਟੋਪ ਆ, ਪਰ ਮੇਰੀ ਬੱਸ ਇੱਧਰੋਂ ਆਊਗੀ ਅਤੇ ਇੱਧਰ ਜਾਊਗੀ ਵਾਸਕੋ ਵਾਲੀ ਸਾਈਡ। ਕਹਿੰਦਾ ਇੱਥੇ ਧੁੱਪ ਜਿਹੜੀ ਬੜੀ ਖਤਰਨਾਕ ਹੁੰਦੀ ਆ, ਬੜੀ ਖਤਰਨਾਕ ਜੀ ਟੈਨ ਕਰ ਦਿੰਦੀ ਆ, ਬਾਅਦ 'ਚ ਪਪੜੀ ਬਣ ਬਣ ਕੇ ਲੈਂਦੀ ਰਹਿੰਦੀ। ਪਿਛਲੀ ਵਾਰ 3 ਕੁ ਦਿਨ ਆਇਆ ਸੀਗਾ ਬੀਚ ਦੇ ਉੱਤੇ, ਉਹ ਜ਼ਿਆਦਾ ਇਫੈਕਟ ਪਾਉਂਦੀ ਆ।
ਪਿੱਛੇ ਚੈੱਕ ਇਨ ਵਗੈਰਾ ਕਰਨਾ ਅਤੇ ਬੈਗ 'ਤੇ ਸਟਿੱਕਰ ਵਗੈਰਾ ਲਾ ਦੇਣਗੇ। ਥੋੜ੍ਹਾ ਜਿਹਾ ਦੂਰ ਅੱਗੇ ਜਾਣਾ ਤੁਰ ਕੇ। ਧੁੱਪ ਬਹੁਤ ਖਤਰਨਾਕ ਆ, ਲੇਕਿਨ ਮੈਂ ਐਂਟਰੀ ਕਰ ਤਾਂ ਲਈ ਆ, ਔਖੇ ਸੌਖਿਆ। ਕਾਫੀ ਪੈਸੈਂਜਰ ਆ ਯਾਰ, ਕੌਡੀਲੀਆ ਜਿਹੜੀ ਆ ਨਾ ਬਾਹਰੋਂ ਦੇਖ ਕੇ ਮੈਨੂੰ ਮਜ਼ਾ ਆ ਗਿਆ। ਬਹੁਤ ਹੀ ਲਗਜ਼ਰੀ ਕਰੂਜ਼ ਆ ਜਿਹੜੀ ਹੈ, ਮੇਰੇ ਪਿੱਛੇ ਖੜੀ ਹੋਈ ਆ, ਤੁਸੀਂ ਦੇਖ ਸਕਦੇ ਹੋ। ਕੌਡੀਲੀਆ ਦਾ ਨਾਂ ਆ, ਇੱਥੋਂ ਚੱਲੂਗੀ ਮੇਰੇ ਹਿਸਾਬ ਨਾਲ 20-22 ਘੰਟੇ ਦਾ ਲਾਈ ਦਊਗੀ ਲਕਸ਼ਦੀਪ ਪਹੁੰਚਣ ਤੱਕ, ਅਤੇ ਅੱਗੇ ਟਰੈਵਲ ਰਹੂਗਾ ਲਕਸ਼ਦੀਪ ਤੋਂ ਬਾਅਦ ਫਿਰ ਮੁੰਬਈ ਲੈ ਕੇ ਜਾਊਗੀ। ਮਤਲਬ ਬਹੁਤ ਮਜ਼ਾ ਆਉਣ ਵਾਲਾ ਤੁਹਾਨੂੰ ਇਸ ਟਰੈਵਲ ਦੇ ਵਿੱਚ, ਜੁੜੇ ਰਹੋ। ਅਤੇ ਪੂਰੀ ਵੀਡੀਓ ਆ ਜਿਹੜੀ ਨਾ, ਮਤਲਬ ਉਹ ਕੀ ਚੱਲ ਰਿਹਾ ਸਾਹਮਣੇ, ਅੱਛਾ ਟਿਕਟੋਕਰਸ ਦਾ ਚੱਲ ਰਿਹਾ ਬਈ ਪਿੱਛੇ। ਮੈਂ ਕਿਹਾ ਪਤਾ ਨਹੀਂ ਕਿਉਂ ਨੱਚ ਰਹੀਆਂ ਕੁੜੀਆਂ ਬੈਗ ਰੱਖ ਕੇ ਕੌਡੀਲੀਆ ਦੇ ਸਾਹਮਣੇ। ਖੈਰ, ਕੌਡੀਲੀਆ ਇੱਕ ਲਗਜ਼ਰੀ ਜਿਹੀ ਕਰੂਜ਼ ਆ, ਪਰ ਬਹੁਤ ਹੀ ਠੀਕ ਰੇਟਸ ਦੇ ਵਿੱਚ ਇਹ ਹੈਗੀ ਆ। ਉਹ ਸਾਰਾ ਕੁਛ ਮੈਂ ਤੁਹਾਨੂੰ ਦੱਸੂਗਾ ਮੈਂ ਕਿੱਦਾਂ ਕਿੱਥੋਂ ਬੁੱਕ ਕੀਤੀ ਹੈਗੀ ਹੈ। ਮੇਨ ਆਪਣੀ ਕੌਡੀਲੀਆ ਜਿੱਥੇ ਆਪਾਂ ਜਾਣਾ, ਕੌਡੀਲੀਆ ਕਹੋਗੇ ਕੌਡੀਲੀਆ ਜੋ ਵੀ ਤੁਸੀਂ ਪ੍ਰੋਨਾਊਂਸ ਕਰੋ ਇਹਨੂੰ, ਅਤੇ ਉਹ ਜਿਹੜੀ ਪਿੱਛੇ ਖੜੀ ਹੋਈ ਆ ਉਹ ਦੇਖੋ ਫਰਾਂਸ ਦੀ ਖੜੀ ਹੋਈ ਆ ਉਹ ਸ਼ਿਪ ਜਿਹੜੀ ਹੈ ਨਾ ਕਰੂਜ਼। ਚੈਕਿੰਗ ਕਰਨਾ ਪੈਂਦਾ, ਫਿਰ ਤੁਹਾਨੂੰ ਇੱਕ ਕਾਰਡ ਮਿਲੂਗਾ, ਉਹ ਕਾਰਡ ਤੁਹਾਡੀ ਰੂਮ ਕੀ ਹੋਊਗੀ। ਬਹੁਤ ਲੱਗ ਗਈ ਆ, ਅਤੇ ਪ੍ਰਤੀਕ ਬਾਈ 10ਵੇਂ ਫਲੋਰ 'ਤੇ ਮੇਰਾ ਵੇਟ ਕਰ ਰਿਹਾ, ਮਤਲਬ 10 ਫਲੋਰ ਦੀ ਇਹ ਕਰੂਜ਼ ਆ। ਉੱਥੇ ਹੋਇਆ ਮੇਰਾ ਚੈੱਕ ਇਨ, ਇੱਧਰ ਆ ਸਾਰਾ ਅਰੇਬੀਅਨ ਸੀ, ਅਤੇ ਇੱਧਰ ਐਂਟਰੀ। ਐਂਟਰੀ ਕਰਦੇ ਹਾਂ, ਸ਼ਾਨਦਾਰ ਜਿਹਾ ਵਿਊ। ਆਪਾਂ 10th ਫਲੋਰ 'ਤੇ, 6ਵਾਂ ਆ ਰਹੇ। ਲਓ ਬਾਈ ਪਹੁੰਚ ਗਿਆ ਮੈਂ ਉੱਤੇ, ਇੱਧਰ ਪ੍ਰਤੀਕ ਬਾਈ ਆਪਣੇ ਕਾਫੀ ਵੇਟ ਕਰ ਰਹੇ ਸੀਗੇ, ਸੌਰੀ ਬਾਈ ਆਪਕੋ ਵੇਟ ਕਰਵਾਇਆ। ਕੋਈ ਨਹੀਂ, ਇਹ ਤਾਂ ਟ੍ਰੈਵਲਿੰਗ ਕੀ ਬਾਤ ਹੈ। ਹਾਂ, ਸੋ ਹੁਣ ਆਪਾਂ ਖਾਣ ਪੀਣ ਵਾਲੇ ਪਾਸੇ ਨੂੰ ਵਧੀਆ, ਕਿਉਂਕਿ ਭੁੱਖ ਜਿਹੜੀ ਹੈ ਨਾ ਬਹੁਤ ਜ਼ੋਰ ਆਉਂਦੀ ਹੈ, ਬਹੁਤ ਜ਼ਿਆਦਾ। ਅੱਛਾ, ਕਾਫੀ ਲੰਬੀ ਲਾਈਨ ਤੋਂ ਬਾਅਦ ਖਾਣਾ ਪੀਣਾ ਲੈ ਕੇ ਆ ਗਏ ਹਾਂ, ਇਹ ਸ਼ਾਨਦਾਰ ਜਿਹਾ ਨਜ਼ਾਰਾ। ਪਰ ਲੋਕ ਕਾਫੀ ਜ਼ਿਆਦਾ ਹੋ ਚੁੱਕੇ ਆ, ਇੱਧਰ ਰੋਟੀਆਂ ਦਹੀਂ ਅਤੇ ਇੱਧਰ ਸੀ ਵਿਊ। ਹਾਲੇ ਤਾਂ ਮਤਲਬ ਤੁਰੀ ਨਹੀਂ ਆ, ਖੜੀ ਹੋਈ ਆ। 3 ਵਜੇ ਕਹਿੰਦਾ ਇਸ ਟਾਈਮ, 3 ਵਜੇ 4 ਵਜੇ, ਸ਼ਾਮ ਨੂੰ 4 ਵਜੇ ਤੱਕ ਚੱਲੂਗੀ। ਉਹ ਬਈ ਰੋਟੀ ਪਾਣੀ ਖਾ ਕੇ ਆਪਾਂ ਆ ਗਏ ਹਾਂ, ਬੜੀ ਭੁੱਖ ਲੱਗੀ ਸੀ, ਉਹਦੇ ਕਰਕੇ ਮਾਫੀ ਆ ਕਿ ਤੁਹਾਨੂੰ ਮੈਂ ਚੰਗੀ ਤਰ੍ਹਾਂ ਨਹੀਂ ਦਿਖਾ ਪਾਇਆ। ਜਦੋਂ ਭੁੱਖ ਲੱਗੀ ਉਹਨੇ ਕੁਛ ਸੋਚਿਆ ਨਹੀਂ। ਹਮ ਦੇਤੇ ਹੈਂ ਹਿੰਦੀ ਮੇਂ ਵਲੌਗਿੰਗ, ਤੋ ਅਗਰ ਆਪ ਲੋਗ ਹਿੰਦੀ ਸਮਝ ਪਾਤੇ ਹੋ ਤੋ ਜ਼ਰੂਰ ਇੱਕ ਵਾਰ ਵਿਜ਼ਿਟ ਕਰਨਾ। ਸੋ ਤੁਸੀਂ ਜਾ ਕੇ ਦੇਖ ਸਕਦੇ ਹੋ, ਲਿੰਕ ਮੈਂ ਥੱਲੇ ਦੇ ਦੂੰਗਾ ਡਿਸਕ੍ਰਿਪਸ਼ਨ ਦੇ ਵਿੱਚ। ਖੈਰ, ਪਹਿਲਾਂ ਅਸੀਂ ਆਪ ਤੁਹਾਡੇ ਰੂਮ ਵਾਲੇ ਪਾਸੇ, ਕੌਨ ਸੇ ਫਲੋਰ ਦੇ ਰੂਮ ਹੈ? ਇਹ ਹੈ 4th ਫਲੋਰ ਪੇ ਹਮਾਰਾ ਰੂਮ। ਪ੍ਰਤੀਕ ਭਾਈ ਵੈਸੇ ਪਹਿਲਾਂ ਵੀ ਆ ਚੁੱਕੇ, ਮੇਰਾ ਪਹਿਲੀ ਵਾਰ ਆ, ਮੈਂ ਤਾਂ ਥੋੜਾ ਹੈਰਾਨ ਹੋ ਗਿਆ ਜਦੋਂ ਆਪਨੇ ਬੋਲੋ 10th ਫਲੋਰ ਕਾ ਦੋ, ਮੈਂ 10 ਫਲੋਰ, ਮੈਂ ਵੈਸੇ ਨਾਰਮਲੀ ਮੇਰੇ ਕੋਲ ਵੈਸੇ ਇਹ ਤਕਰੀਬਨ 15-16 ਮਾਲਾ ਲੱਗਦਾ ਹੈ, ਜਾਂ ਫਿਰ ਇਹ 10th ਫਲੋਰ ਪੇ ਹਮ ਹੈ, ਜਹਾਂ ਪੇ ਖਾਣਾ ਵਗੈਰਾ ਸਭ ਅਨਲਿਮਿਟਿਡ ਹੋਤਾ ਹੈ, ਔਰ ਦਿਨ ਮੇਂ ਇੱਕ ਦਫਾ ਨਹੀਂ ਹੋਤਾ ਹੈ। ਮਤਲਬ ਆਪ ਮਾਰਨਿੰਗ ਬ੍ਰੇਕਫਾਸਟ ਲੈ ਲੋ, ਫਿਰ ਲੰਚ ਲੈ ਲੋ, ਫਿਰ ਇਵਨਿੰਗ ਸਨੈਕ ਲੈ ਲੋ, ਫਿਰ ਹਾਈ ਟੀ ਲੈ ਲੋ, ਫਿਰ ਰਾਤ ਕਾ ਡਿਨਰ, ਫਿਰ ਰਾਤ ਕੋ 12 ਵਜੇ ਔਰ ਹੋਤਾ ਹੈ। ਮਤਲਬ ਦਿਨ ਮੇਂ 5-6 ਵਾਰ ਯਹਾਂ ਖਾਣਾ ਕਰੂਜ਼ ਮੇਂ। ਥੱਲੇ ਆ ਜਿੱਥੇ ਆਪਾਂ ਚੜ੍ਹਦੇ ਆ ਉਹ 5th ਫਲੋਰ ਆ। ਚਲੋ ਰੂਮ ਵਾਲੇ ਪਾਸੇ ਚੱਲਦੇ ਆ ਪਹਿਲਾਂ। ਕੀ ਪ੍ਰਤੀਕ ਬਾਈ ਕੋਲ ਵੀ ਹੈ, ਮੇਰੇ ਕੋਲ ਵੀ ਹੈ। ਮੈਂਬਰ ਕੇ ਪਾਸ ਮੈਂ ਅਲਗ ਕੀ ਕਾਰਡ ਰਹਿਤਾ ਹੈ, ਰੂਮ ਕਾਰਡ ਰਹਿਤਾ ਹੈ। ਇਸਕਾ ਕਾਰਨ ਕਿਆ ਰਹਿਤਾ ਹੈ ਕਿ ਇਹ ਆਪਕਾ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ ਹੈ, ਜੋ ਵੀ ਸਮਝ ਲੋ, ਇਹ ਜਬ ਚੈੱਕ ਆਊਟ ਆਪ ਕਰੋਗੇ ਨਾ, ਤਬ ਯਹਾਂ ਪੇ ਸਕੈਨਿੰਗ ਹੋਗਾ,
अच्छा हाँ, जब आप निकलोगे ना ऐसे तो लोग स्कैन करके लाइन में खड़े करके, और जिसमें आपका बैलेंस कुछ भी हो, अगर आपने कुछ भी रेट ड्रिंक्स ले लिया या फिर कुछ भी आपने कैसीनो के लिए कुछ भी एक्स्ट्रा एक्सपेंस, वो आपको उस टाइम चुकाना होगा। उसमें कैसा रहता है कि हर एक का अकाउंट रहता है। अच्छा, इसलिए हर एक को अलग कार्ड, मतलब वो चुका के जाना पड़ेगा। पर यार ये है बड़ी लग्जरी, ये अलार्म किसका? अलार्म मतलब शायद तक ऑनबोर्ड बुला रहे कि आप आ जाइए डेक नंबर 5th में, और वहाँ पे ये सारे पैसेंजर है ना, उनको सब अलग अलग इकट्ठा करके खड़ा करके सबको इंस्ट्रक्शन देंगे कि इन केस ऑफ इमरजेंसी आपको क्या करना है, आपको ये करना है, आपको वो करना है। मतलब कुल मिला के पूरा टाइटैनिक वाला सीन है, पर असली जेड़ा टाइटैनिक दा अंजाम होया सी वो अंजाम नहीं होना चाहिए, वो नहीं होना चाहिए। ये प्यारा जा रूम अपना, ठीक है प्रतीक भाई नु तां थोड़ा पता है, ये पहला भी आए हुए हैं, दूजी बार इन्हां दा। ते इधर वॉशरूम, इहदे विच लो जी इधर नहाउण दा प्रोग्राम, इधर सामने इधर टॉयलेट, इधर प्यावा जी पानी वगैरह, एक शीशा, ये वधिया यार। आ हैगा फोन, फोन चलता रहता है क्या? फोन चलता रहता है पूरी कोई काम, कोई काम करनी है ना वही। कुल मिला के गल ये भी जो ए जाओगे बिल्कुल भी थोड़ा लगेगा नहीं कि यार तुसी एक शिप दे विच हो या एक समुद्री जहाज दे विच हो, मतलब इदा लगेगा किसी होटल दे विच घूम रहे हो, इदा चलते चलते रूम्स बने हुए आ। सो ये जी मरगोआ, मरगोआ पोर्ट है गोवा का, उत्थों चलती है, तो यह सू लैके जाऊगी लक्षद्वीप। लक्षद्वीप जाने लग्या तकरीबन 15-16 घंटे शायद लग जाएंगे, जिन्हें भी चलो लगनगे, वो तो हूँ पहुँच के पता लगेगा। उत्थे शाम को 4 बजे इतों चलूगी, तो मैं लगता कल सवेर तक सूँ लक्षद्वीप पहुँचा दूगी। तो लक्षद्वीप रुकूगी, पूरा एक दिन रुकूगी, तो उस तो बाद उतों दोबारा चल के असी खत्म करेंगे ट्रिप जरा मुंबई। कोई चाहता बुक करना तो मैं थोड़ा दस दूंगा, क्योंकि नॉर्मल जी गल है यार, इदा दीज़ा लिए तुम बाद इंस्टा पर मैसेज करोगे या उदा कमेंट्स भी करोगे कि भाई ये दसो कि बुक की है कुछ। मतलब है बहुत लग्जरी, पर प्राइस वगैरह ये काफ़ी हद तक ठीक है, काफ़ी मतलब बहुत हद तक ठीक है। तो वह सारा कुछ मैं थोड़ा थले नंबर वगैरह लिंक वगैरह मैनशन कर दूंगा, तुम उन्होंने डायरैक्ट कॉन्टैक्ट कर सकते हो जितों मैं बुक की। तो यह उपरों है जी, वह मिलना का इंजन आ जिते धुआं ही धुआं निकली जाता, पता नहीं की है। इधर स्विमिंग पूल भी है उपर बनया हुआ, 10th फ्लोर है। तो इधर लग्या हुआ झंडा, तो उपर वाह क्या नज़ारे का माहौल है यार। तो इधर आ सारा रेस्टोरेंट या खाण पीन का एरिया ही आ, इधर उपर भी जा सकते। वैसे मैं उपर चल के दिखा मनु आ नज़ारा यार, काफ़ी नज़ारेदार है यार ये जी ना क्रूज आ कॉडिलिया, बड़ा मज़ा आ रहा आके। तो उम्मीद करता जो तुम भी कितने आँदे हो तो थोड़ा बहुत मज़ा आऊगा। एकदम सा प्लैन बनया, मैं यार जाना तो है ही आ लक्षद्वीप, फ्लाइट की थान पर कॉडिलिया चलते हैं, ज़्यादा मज़ा आऊगा, बहुत नज़ारेदार है यार, जिन्ना कह देव उन्ना घट। तुम सोचो हाले तो चली नहीं है, पिछले मतलब समुंदर आ अरेबियन सी दे विच खड़ी हुई है, तो पर जो ही चलूगी तो उस तो बाद जिहड़ा नज़ारा होगा मतलब ओशन दे विचाले, क्या नज़ारा। ओशन सी एको ही थाली दे चट्टे बट्टे होंदे, मैं तुहानू पहला भी दस्सिया लेक भी उन्हां दे विचों ही एक चीज़ होंदी है। खैर पिछे खड़ी हुई है ना जिहड़ी, वह फ्रांस की आ, वह पिछे देख रही है जो तुहानू, तां फ्रांस की जिहड़ी शिप आ वह आई हुई है, उहदा झंडा भी लग्गा। स्विमिंग पूल तो लैके खाना पीना, मतलब एक रहना रूम है ना, सारिया फैसिलिटीज़ ये मौजूद आ, मतलब बहुत लग्जरी है यार। तुम मतलब देखोगे ना, देखने एक लग्जरी फील आता, तो वाकई हैगी
ਬਹੁਤ ਪਿਆਰੀ ਕਰੂਜ਼ ਆ ਕੌਡੇਲੀਆ, ਇਹਦੇ ਬਾਰੇ ਮੈਂ ਕਾਫੀ ਸੁਣਿਆ ਸੀਗਾ ਅਤੇ ਮੈਨੂੰ ਕਾਫੀ ਟਾਈਮ ਤੋਂ ਸੀਗਾ ਯਾਰ ਆਉਣਾ ਹੈ ਆਉਣਾ, ਹੁਣ ਮੈਂ ਕਿਹਾ ਇਸ ਤੋਂ ਬਾਅਦ ਮੈਂ ਇੰਟਰਨੈਸ਼ਨਲ ਟ੍ਰਿਪ 'ਤੇ ਨਿਕਲ ਜਾਣਾ ਅਤੇ ਫਿਰ ਕਾਫੀ ਟਾਈਮ ਲੱਗ ਜੂਗਾ। ਹਾਲਾਂਕਿ ਮੈਂ ਗੋਲ ਟਰੈਵਲ ਵਾਲੇ ਭਾਜੀਆਣਾ ਤੋਂ ਕੀਤੀ ਸੀ ਯਾਰ, ਮੈਂ ਤੁਹਾਨੂੰ ਨੰਬਰ ਥੱਲੇ ਦੇ ਤਾ ਗੋਲ ਟਰੈਵਲ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਸੀਂ ਆਉਣਾ ਚਾਹੋ ਤਾਂ ਆ ਸਕਦੇ ਹੋ। ਟਾਈਟੈਨਿਕ ਵਾਲੀ ਫੀਲ ਆ ਰਹੀ ਹੈ, ਬਸ ਟਾਈਟੈਨਿਕ ਵਾਲਾ ਕੰਮ ਨਹੀਂ ਹੋਣਾ ਚਾਹੀਦਾ, ਬਾਕੀ ਮਤਲਬ ਇੱਦਾਂ ਹੀ ਲੱਗ ਰਿਹਾ ਕਿ ਟਾਈਟੈਨਿਕ ਹੀ ਆਪਣਾ ਹੀ ਆ। ਜਿਹੜੀ ਉਹ ਵਾਲੀ ਕਰੂ ਜਿਹੜੀ ਆਈ ਆ ਫਰਾਂਸ ਵਾਲਿਆਂ ਦੀ, ਇਹ ਵੀ ਕਾਫੀ ਵੱਡੀ ਆ, ਲੰਮੀ ਚੌੜੀ ਆ ਜਿਹੜੀ ਉਹ ਦਿਖ ਰਹੀ ਆ ਪਿੱਛੇ ਨਾ, ਪਰ ਇਹ ਹੈ ਕਿ ਉਹ ਆਰਮੀ ਦੀ ਆ ਅਤੇ ਇਹਦੀ ਕੁਛ ਡਿਜ਼ਾਇਨਿੰਗ, ਇਹਦੇ ਕਲਰ, ਇਹਦੇ ਵਿੱਚ ਸਵੀਮਿੰਗ ਪੂਲ ਜਿਹੜਾ ਜੋ ਚੀਜ਼ਾਂ ਬਣੀਆਂ ਹੋਈਆਂ, ਇਹਦਾ ਕੁਛ ਅਲੱਗ ਮਾਹੌਲ ਆ। ਚੀਜ਼ ਤੋਂ ਬੜਾ ਕਨਫਿਊਜ਼ ਸੀਗਾ ਕਿ ਜਿੱਥੋਂ ਮੈਂ ਮਤਲਬ ਬੁੱਕ ਕੀਤੀ ਹੈ ਨਾ, ਮੈਂ ਅਤੇ ਪ੍ਰਦੀਪ ਬਾਈ ਨੇ, ਉਹਦਾ ਨਾਂ ਹੈਗਾ ਗੋਲ ਟਰੈਵਲਸ। ਮੈਂ ਕਿਹਾ ਯਾਰ ਗੋਲ ਟਰੈਵਲ ਪਤਾ ਨਹੀਂ ਕਿੱਦਾਂ ਦਾ ਨਾਮ ਹੈ ਕੀ ਹੈ, ਉਹਦੀ ਫੁੱਲ ਫੋਰਮ ਪ੍ਰਤੀਕ ਬਾਈ ਨੇ ਦੱਸੀ ਮੈਨੂੰ ਕਿ ਉਹਦੀ ਫੁੱਲ ਫੋਰਮ ਹੈਗੀ ਗੋਲ ਲਕਸ਼ਦੀਪ ਟਰੈਵਲ, ਮਤਲਬ ਉਹ ਪੂਰਾ ਉਸ 'ਤੇ ਲਕਸ਼ਦੀਪ ਵੀ ਕੰਮ ਕਰਦਾ ਹੈ। ਮੇਨ ਲਕਸ਼ਦੀਪ ਕਾਫੀ ਚੀਜ਼ਾਂ ਕਰਦਾ ਹੈ। ਅੱਛਾ ਲਕਸ਼ਦੀਪ ਅੱਛਾ ਕਰਦਾ ਹੈ। ਅੱਛਾ ਉਹ ਗੱਲ ਹੈ। ਸੋ ਮਤਲਬ ਲਕਸ਼ਦੀਪ ਜਾਣ ਲਈ ਹੈ ਨਾ ਸਪੈਸ਼ਲ ਪਰਮਿਸ਼ਨ ਵਗੈਰਾ ਚਾਹੀਦੀਆਂ ਹੁੰਦੀਆਂ, ਜਿਹੜੀਆਂ ਕਿ ਜੇ ਤੁਸੀਂ ਇਹ ਤੋਂ ਬੁੱਕ ਕਰਦੇ ਹੋ ਨਾ ਬਾਈ ਤੋਂ ਤਾਂ ਮਤਲਬ ਉਹ ਸਾਰੀਆਂ ਆਪ ਹੀ ਦਵਾ ਦੂ ਦਿੰਦੇ ਯਾਰ, ਤਾਂ ਕਰਕੇ ਮੈਂ ਵੀ ਇੰਨਾ ਪੰਗਾ ਨਹੀਂ ਲਿਆ। ਮੈਂ ਕਿਹਾ ਪਲੇਨ 'ਤੇ ਵੀ ਜਾਵਾਂਗੇ ਫਿਰ ਇੱਕ ਦੋ ਦਿਨ ਰੁਕਾਂਗੇ ਜਾਂ ਕੁਛ, ਇਸ ਤੋਂ ਚੰਗਾ ਕਰੂਜ਼ ਦੇ ਵਿੱਚ ਜਿਹੜਾ ਫਨ ਆ ਉਹ ਜ਼ਿਆਦਾ ਹੋ ਜੂਗਾ। ਅਤੇ ਬਾਕੀ ਲਕਸ਼ਦੀਪ ਜਿਹੜਾ ਨਾ ਉਹਨੂੰ ਗੌਰਮੈਂਟ ਨੇ ਇੰਨਾ ਜ਼ਿਆਦਾ ਸੁਧਾਰਿਆ ਨਹੀਂ, ਪਰ ਜੇ ਸੁਧਾਰਦੇ ਤਾਂ ਯਾਰ ਉਹ ਬਹੁਤ ਤਾਂਹੀਆਂ ਗੱਲਾਂ ਹੋ ਸਕਦਾ ਸੀਗਾ, ਮਾਲਦੀਵਸ ਤੋਂ ਵੀ ਬਹੁਤ ਵਧੀਆ ਹੋ ਸਕਦਾ ਸੀ ਇੱਦਾਂ ਦਾ ਵਾਟਰ, ਬਲੂ ਵਾਟਰ ਮਾਲਦੀਵਸ ਦੇ ਵਿੱਚ ਨਾ ਸੇਮ ਉਹੀ ਵਾਟਰ ਜਿਹੜਾ ਲਕਸ਼ਦੀਪ ਦੇ ਵਿੱਚ ਹੈ। ਪਰ ਇਹ ਹੈ ਕਿ ਮਾਲਦੀਵਸ ਇੱਕ ਕੰਟਰੀ ਹੋਣ ਕਰਕੇ ਉਹਦੀ ਗੌਰਮੈਂਟ ਦਾ ਸਾਰਾ ਰੈਵਨਿਊ ਹੀ ਉੱਥੋਂ ਆਉਂਦਾ, ਤਾਂ ਉਹਦੇ ਕਰਕੇ ਉੱਥੇ ਕਾਫੀ ਜ਼ਿਆਦਾ ਇਨਵੈਸਟ ਕੀਤਾ ਗਿਆ। ਲਕਸ਼ਦੀਪ ਦੇ ਉੱਤੇ ਇਨਵੈਸਟ ਨਹੀਂ ਕੀਤਾ ਗਿਆ, ਪਰ ਲੇਕਿਨ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਨੇ ਕਾਫੀ ਜ਼ਿਆਦਾ ਉੱਥੇ ਇਨਵੈਸਟ ਕੀਤਾ, ਉਹਦੇ ਕਰਕੇ ਥੋੜ੍ਹਾ ਬਹੁਤ ਸੁਧਰਿਆ ਅਤੇ ਬਹੁਤ ਵਧੀਆ ਹੋ ਚੁੱਕਿਆ ਅਤੇ ਹੁਣ ਕਾਫੀ ਜ਼ਿਆਦਾ ਟਰੈਵਲਰਸ ਉੱਥੇ ਜਾ ਰਿਹਾ। ਅੰਡਮਾਨ ਸੀਰੀਜ਼ ਤੁਸੀਂ ਮੇਰੀ ਦੇਖੀ ਪਿੱਛੇ, ਸੋ ਅੰਡਮਾਨ ਦੇ ਨਜ਼ਾਰੇ ਤੁਸੀਂ ਦੇਖੇ ਸੀਗੇ। ਅੰਡਮਾਨ ਵੀ ਇੰਡੀਆ ਦਾ ਇੱਕ ਆਈਲੈਂਡ ਆ, ਉਹ ਸਮੁੰਦਰ ਦੇ ਵਿੱਚ 1500 ਕਿਲੋਮੀਟਰ ਅੱਗੇ ਤੱਕ, ਇਹ ਵੀ 400-500 ਕਿਲੋਮੀਟਰ ਅੱਗੇ ਤੱਕ ਹੈਗਾ ਇੰਡੀਆ ਦੇ ਮੇਨ ਲੈਂਡ ਤੋਂ ਜੇ ਮੈਂ ਗੱਲ ਕਰਾਂ ਨਾ। ਕੱਲ੍ਹ ਸਵੇਰੇ ਦੇ ਉੱਥੇ ਪਹੁੰਚ ਜਾਵਾਂਗੇ। ਮੈਨੂੰ ਐਕਸਾਈਟਮੈਂਟ ਬੜੀ ਜ਼ਿਆਦਾ ਕਿ ਇਹ ਜਦ ਕਦੋਂ ਕਰੂਜ਼ ਤੁਰੂਗੀ ਯਾਰ, ਤੁਰ ਨਹੀਂ ਰਹੀ, 3-3.5 ਵਜੇ ਆ ਮੇਰੇ ਹਿਸਾਬ ਨਾਲ, 4 ਵਜੇ ਤੱਕ ਤੁਰੂਗੀ। ਸਵੇਰੇ ਤੁਸੀਂ 9 ਵਜੇ ਤੋਂ ਬੋਰਡਿੰਗ ਸਟਾਰਟ ਹੋ ਜਾਂਦੀ ਹੈ, 9 ਵਜੇ ਆ ਸਕਦੇ ਹੋ। ਪੂਰਾ ਦਿਨ ਤੁਸੀਂ ਕਰੂਜ਼ 'ਚ ਰਹੋ, ਖਾਓ ਪੀਓ ਆਪਦਾ ਜੋ ਮਰਜ਼ੀ ਕਰੋ। ਇੱਧਰ ਪ੍ਰਤੀਕ ਬਾਈ ਬੈਠੇ ਹੋਏ ਆਪਣਾ, ਇੱਧਰ ਸਵਿਮਿੰਗ ਪੂਲ, ਉਹ ਸਵਿਮਿੰਗ ਪੂਲ ਦੇ ਨਜ਼ਾਰੇ ਪੂਰੇ। ਪਰ ਯਾਰ ਹੁਣ ਧੁੱਪ ਇੰਨੀ ਆ, ਦਿਲ ਨਹੀਂ ਕਰ ਰਿਹਾ, ਸ਼ਾਮ ਨੂੰ ਜਾਵਾਂਗੇ। ਜਿਸ ਪਲ ਦਾ ਇੰਤਜ਼ਾਰ ਸੀ ਬੇਸਬਰੀ ਨਾਲ, ਉਹ ਆ ਚੁੱਕਿਆ ਅਤੇ ਕਰੂਜ਼ ਜਿਹੜੀ ਆ ਤੁਰ ਚੁੱਕੀ ਆ। ਬੜਾ ਖਤਰਨਾਕ ਜਿਹਾ ਅਲਾਰਮ ਵੱਜਿਆ ਇੱਕ, ਮੈਨੂੰ ਤਾਂ ਪਤਾ ਵੀ ਲੱਗਿਆ, ਇੰਨੀ ਸਮੂਥ ਚੱਲੀ। ਪ੍ਰਦੀਪ ਬਾਈ ਥੱਲੇ ਰੂਮ 'ਚ ਸੌਂ ਰਹੇ ਸੀਗੇ, ਉੱਠ ਕੇ ਆ ਕਹਿੰਦੇ ਬਾਈ ਚੱਲ ਗਈ। ਮੈਂ ਕਮਾਲ ਹੋ ਗਿਆ, ਪਤਾ ਵੀ ਨਹੀਂ ਲੱਗਾ। ਅਤੇ ਇਹ ਪਿੱਛੇ ਦੇਖੋ ਖੜੇ ਹੋਏ, ਫਰਾਂਸ ਦੀ ਆਰਮੀ ਵਾਲੇ ਲੱਗ ਰਹੇ ਮੈਨੂੰ, ਇਹ ਫਰਾਂਸ ਦੀ ਜਿਹੜੀ ਸ਼ਿਪ ਖੜੀ ਹੋਈ ਹੈ। ਹੁਣ ਜਿਹੜਾ ਅਸਲੀ ਨਜ਼ਾਰਾ ਇਸ ਟ੍ਰਿਪ ਦਾ ਸ਼ੁਰੂ ਹੋਊਗਾ, ਇਹਨਾਂ ਵੀਡੀਓਜ਼ 'ਚ ਵੀ ਤੁਹਾਨੂੰ ਬਹੁਤ ਜ਼ਿਆਦਾ ਨਜ਼ਾਰਾ ਆਊਗਾ। ਅਤੇ ਕੁਛ ਘੰਟਿਆਂ ਬਾਅਦ ਆਪਾਂ ਪਹੁੰਚ ਜਾਵਾਂਗੇ ਛੋਟੇ ਛੋਟੇ ਟਾਪੂਆਂ ਵਾਲੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼, ਯਾਨੀ ਕਿ ਯੂਨੀਅਨ ਟੈਰੇਟਰੀ ਆਫ ਇੰਡੀਆ। 4-5 ਵੀਡੀਓਜ਼ ਦੇ ਵਿੱਚ ਇਹ ਡਿਵਾਈਡ ਹੋ ਜਾਣਗੀਆਂ, ਇੱਕੋ ਵੀਡੀਓ ਦੇ ਵਿੱਚ ਤਾਂ ਸਾਰਾ ਪੋਸੀਬਲ ਨਹੀਂ ਹੈਗਾ ਦਿਖਾਉਣਾ, ਕਿ ਵੱਡੀ ਇੰਨੀ ਜ਼ਿਆਦਾ। ਮਤਲਬ ਬਿਲਕੁਲ ਲੱਗ ਨਹੀਂ ਰਿਹਾ ਕਿ ਇਹ ਚੱਲ ਰਹੀ ਹੈ, ਇੱਦਾਂ ਲੱਗ ਰਿਹਾ ਕਿ ਮਤਲਬ ਨਾ ਆਸੇ ਪਾਸੇ ਵਾਲੀਆਂ ਚੀਜ਼ਾਂ ਚੱਲ ਰਹੀਆਂ ਅਤੇ ਕਰੂਜ਼ ਬਿਲਕੁਲ ਨਹੀਂ ਚੱਲ ਰਹੀ। ਪਰ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ, ਵਰਤ ਹੈ ਨਾ, ਮਤਲਬ ਇੱਦਾਂ ਚੱਲ ਰਹੀ ਹੈ ਨਾ, ਮਤਲਬ ਇੱਦਾਂ ਫੀਲ ਹੋ ਰਿਹਾ ਕਿ ਕਰੂਜ਼ ਨਹੀਂ ਚੱਲ ਰਹੀ, ਤੁਹਾਡੇ ਆਸੇ ਪਾਸੇ ਦੀਆਂ ਚੀਜ਼ਾਂ ਹੀ ਕਿਤੇ ਦੂਰ ਜਾ ਰਹੀ ਹੈ। ਬੜਾ ਮਤਲਬ ਮੇਰਾ ਪਹਿਲੀ ਵਾਰ ਐਕਸਪੀਰੀਅੰਸ ਹੈ। ਵੈਸੇ ਮੈਂ ਅੰਡਮਾਨ ਦੇ ਵਿੱਚ ਵੱਡੀ ਵੱਡੀ ਫੈਰੀਜ਼ ਦੇ ਵਿੱਚ ਬੈਠਿਆ ਸੀਗਾ, ਪਰ ਉਹ ਫੈਰੀਜ਼ ਵੀ ਯਾਰ ਮਤਲਬ ਲਾ ਲਓ ਕਿ ਐਡੀ ਵੱਡੀ ਫੈਰੀ ਹੁੰਦੀ ਆ, ਅਤੇ ਇੱਦਾਂ ਲੱਗਦਾ ਵੀ ਉਹ ਫੈਰੀਆਂ ਵੀ ਇਹਦੇ ਵਿੱਚ ਕਈ ਸਾਰੀਆਂ ਫੈਰੀਆਂ ਸਮਾ ਜਾਣ, ਇੰਨੀ ਵੱਡੀ ਹੈ, ਮਤਲਬ ਮੈਂ ਕਾਊਂਟ ਨਹੀਂ ਕਰ ਸਕਦਾ ਕਿੰਨੀਆਂ ਇਹਦੀ ਵਿਚਾਰੀ। ਇਹਦੀ ਕਰੂਜ਼ ਦੀ ਕੋਈ ਹਿਸਟਰੀ ਨਹੀਂ ਹੈ, ਵੈਸੇ ਇੰਨਾ ਪਤਾ ਵੀ ਅਮੈਰੀਕਨਸ ਨੇ ਬਣਾਈ ਆ ਇਹ, ਅਤੇ ਬਾਕੀ ਇਹਦੇ ਵਿੱਚ ਨਾ ਜਿੰਨੀਆਂ ਚੀਜ਼ਾਂ ਜਿੱਦਾਂ ਕੋਈ ਡਰਿੰਕਸ ਵਗੈਰਾ ਜਾਂ ਹੋਰ ਚੀਜ਼ਾਂ ਪੇਡ ਵੀ ਹੈਗੀਆਂ, ਹਰ ਚੀਜ਼ ਦੇ ਜਿਹੜੇ ਚਾਰਜਸ ਆ ਨਾ
ਉਹ ਡਾਲਰ ਦੇ ਵਿੱਚ ਹੈਗੇ ਆ। ਅਤੇ ਜਿੱਦਾਂ ਇੰਟਰਨੈਟ ਵੀ ਪ੍ਰਤੀਕ ਭਾਈ ਪਹਿਲਾਂ ਆਇਆ ਤਾਂ ਉਹਨਾਂ ਨੂੰ ਪਤਾ, ਉਹ ਕਹਿੰਦੇ ਕਿ ਇੰਟਰਨੈਟ ਵੀ ਤੁਸੀਂ ਪੇਡ ਲੈ ਸਕਦੇ ਹੋ $4 ਦੇ, ਸ਼ਾਇਦ 1 ਘੰਟਾ ਜਾਂ 2 ਘੰਟੇ ਜੋ ਵੀ, ਜਾਂ 80 ਮਿੰਟ ਕੁਛ ਇੱਦਾਂ ਕੁਛ ਮਿਲਦਾ। ਅਤੇ ਬਾਕੀ ਇਹਦੇ ਵਿੱਚ ਕਸੀਨੋ ਵਗੈਰਾ ਵੀ ਹੈਗਾ, ਮਤਲਬ ਉਹ ਤੁਸੀਂ ਪੇਡ ਕਰਕੇ ਪੇ ਕਰਕੇ ਖੇਲ ਸਕਦੇ ਹੋ, ਪਰ ਕਸੀਨੋ ਦੇ ਵਿੱਚ ਐਂਟਰੀ ਦੀ ਫੀਸ ਨਹੀਂ ਹੈਗੀ। ਪਤਾ ਨਹੀਂ ਕਿਹੜੇ ਫਲੋਰ 'ਤੇ ਚੱਲਾਂਗੇ ਆਪਾਂ, ਉਹ ਜ਼ਿਆਦਾ ਵੀ ਉਹਦੀ ਮੈਂ ਇੱਕ ਅਲੱਗ ਹੀ ਵੀਡੀਓ ਬਣਾ ਦੇਵਾਂ, ਹੈ ਨਾ। ਉਹ ਬਾਜ਼ ਦੇਖੋ ਉਡਾਰੀ ਮਾਰ ਰਿਹਾ, ਬਾਜ਼ ਦੇ ਵੀ ਕਾਫੀ ਨਜ਼ਦੀਕ ਆ ਗਏ। ਬਾਜ਼ ਸਮੁੰਦਰ ਦੇ ਵਿੱਚ ਇੱਦਾਂ ਉਡਾਰੀ ਮਾਰਦਾ ਅਤੇ ਉੱਥੋਂ ਆਪਦਾ ਸ਼ਿਕਾਰ ਲੱਭਦਾ ਅਤੇ ਸਿੱਧਾ ਜਾ ਕੇ ਕਹਿੰਦੇ ਚੱਕ ਲੈਂਦਾ। ਕੋਡੀਲੀਆ ਦੀ ਜਿਹੜੀ ਇਹ ਵਾਲੀ ਹੈਗੀ ਹੈ, ਇਹ ਬੋਂਬੇ ਤੋਂ ਚੱਲਦੀ ਹੈ, ਮਤਲਬ ਉਹ 5 ਰਾਤਾਂ ਅਤੇ 5 ਦਿਨ ਦਾ ਪੈਕ ਆ ਜਿਹੜਾ ਆਪਣੇ ਵਾਲਾ ਕਹਿੰਦੇ 3 ਨਾਈਟਸ ਔਰ 4 ਡੇਜ਼ ਕਹਿ ਸਕਦੇ ਹੋ, ਜਾਂ ਫਿਰ 3 ਨਾਈਟ 3 ਡੇਜ਼ ਵੀ ਕਹਿ ਸਕਦੇ ਹੋ। ਸੋ ਮਤਲਬ ਉਹੀ ਹੈ, 4 ਦਿਨ ਅਤੇ 3 ਰਾਤਾਂ ਦਾ ਪੈਕ ਆ। ਸੋ ਅਸੀਂ ਗੋਆ ਤੋਂ ਚੜ੍ਹੇ, ਜਿਹਨੇ ਬੋਂਬੇ ਤੋਂ ਗੋਆ ਆਉਣਾ ਅਤੇ ਉਹ ਵੀ ਮਤਲਬ ਇੱਕ ਕੋਡੀਲੀਆ ਹੀ ਬੁੱਕ ਕਰਕੇ ਆਉਂਦਾ, ਆਪਣਾ ਗੋਆ ਉੱਤਰ ਜਾਂਦੇ ਆ, ਅਤੇ ਗੋਆ ਤੋਂ ਫਿਰ ਅੱਗੇ ਲਕਸ਼ਦੀਪ, ਜਿਹੜਾ ਅਸਲੀ ਨਜ਼ਾਰਾ ਤਾਂ ਲਕਸ਼ਦੀਪ ਹੀ ਆ। ਗੋਆ ਤੋਂ ਬੋਂਬੇ ਆਉਂਦਾ ਤਾਂ ਮਤਲਬ ਸਿਰਫ ਕਰੂਜ਼ ਦਾ ਹੀ ਨਜ਼ਾਰਾ, ਹੋਰ ਕੋਈ ਖਾਸ ਨਜ਼ਾਰਾ ਨਹੀਂ ਹੋਣਾ, ਹੈ ਨਾ। ਨਹੀਂ, ਉਤਨਾ ਮਜ਼ਾ ਨਹੀਂ ਹੋਣਾ। ਮਤਲਬ ਉਹੀ ਹੈ ਕਿ ਆਪ ਕਰੂਜ਼ ਕਾ ਐਕਸਪੀਰੀਅੰਸ ਵੀ ਲੈ ਲਿਆ, ਗੋਆ ਵੀ ਪਹੁੰਚ ਗਏ, ਔਰ ਕਰੂਜ਼ ਲਗਜ਼ਰੀ ਖਾਣਾ ਪੀਣਾ ਦਬਾ ਕੇ ਇੰਜੋਏ ਕਰਨਾ, ਉਹ ਵੀ ਹੋ ਗਿਆ, ਉਹ ਹੋ ਗਿਆ। ਪਰ ਲਕਸ਼ਦੀਪ ਦਾ ਨਜ਼ਾਰਾ ਲੱਗਾ, ਪਰ ਅਸੀਂ ਇਹ ਸੋਚ ਰਹੇ ਸੀ ਯਾਰ ਕਰੂਜ਼ ਹੋਊਗੀ ਕਿੰਨੇ ਦੀ ਯਾਰ। ਸੋਚ ਕੇ ਦੇਖੋ, ਮਤਲਬ ਜਿਹੜਾ ਇੱਕ ਪ੍ਰਾਈਵੇਟ ਜੈਟ ਹੁੰਦਾ, ਪਲੇਨ ਹੁੰਦਾ, 80-90 ਕਰੋੜ ਤੋਂ ਸਟਾਰਟ ਹੋ ਜਾਂਦਾ ਉਹ, ਮਤਲਬ ਛੋਟਾ ਛੋਟੇ ਸੇ ਛੋਟੇ ਵਾਲਾ ਨਯਾ ਨਯਾ ਪ੍ਰਾਈਵੇਟ ਜੈਟ। ਹਾਂ, ਮਤਲਬ ਛੋਟਾ ਸਾ ਇੱਕਦਮ 3 ਸੀਟਰ 4 ਸੀਟਰ, 100 ਕਰੋੜ, 100 ਕਰੋੜ ਦੇ ਆਸ ਪਾਸ ਸਟਾਰਟ ਹੋ ਜਾਂਦਾ ਹੋਊਗਾ। 150-200-300 ਤੱਕ ਆਉਂਦੇ ਹੋਣਗੇ, ਇਸ ਤੋਂ ਮਹਿੰਗੇ ਆਉਂਦੇ ਹੋਣਗੇ। ਪਰ ਮੈਂ ਸੋਚ ਰਿਹਾ ਜਿੱਦਾਂ ਆਪਣਾ ਬੋਇੰਗ 737 ਹੁੰਦੇ ਆ, ਬੋਇੰਗ 787, ਬੋਇੰਗ 777 ਜਿਹੜੇ ਪਲੇਨਸ ਹੁੰਦੇ ਆ, ਜਾਂ ਫਿਰ ਏਅਰਬੱਸ 320-321। ਇਹਦੇ ਆ ਪੱਖੇ ਜਿਹੇ ਲੱਗੇ ਹੋਏ ਆ, ਘੁੰਮਦੇ ਰਹਿੰਦੇ ਹਲਕੇ ਹਲਕੇ, ਆ ਪਰਦਾ ਝੰਡਾ, ਇੱਥੋਂ ਹੀ ਅਲਾਰਮ ਵੱਜਦਾ ਕਿਤੋਂ, ਪਤਾ ਨਹੀਂ ਕਿੱਦਾਂ ਇਹ ਚੱਲ ਰਿਹਾ ਉਹਦਾ ਵੱਜਦਾ। ਆਪਾਂ ਗੱਲ ਕਰ ਰਹੇ ਸੀ ਵੀ ਕਿੰਨੇ ਦੀ ਹੋਊਗੀ। ਮੇਰੇ ਹਿਸਾਬ ਨਾਲ ਯਾਰ ਇਹ ਪਲੇਨ ਤੋਂ ਮਹਿੰਗੀ ਹੋਣੀ ਚਾਹੀਦੀ ਹੈ, ਕਿ ਪਲੇਨ 800-900 ਕਰੋੜ, 1000 ਕਰੋੜ ਤੱਕ ਦਾ ਹੁੰਦਾ ਹੋਗਾ। ਮੈਂ ਕਦੇ ਸਰਚ ਮਾਰ ਕੇ ਨਹੀਂ ਦੇਖਿਆ, ਅਤੇ ਨਾ ਹੀ ਕਦੇ ਮਤਲਬ ਪਲੇਨ ਦੇ ਰੇਟ ਰੂਟ ਹੋਏ ਨੇ ਯਾਰ, ਕੀ ਪਤਾ ਲੱਗਣੇ ਆ, ਨੈੱਟ 'ਤੇ ਮਤਲਬ ਐਗਜੈਕਟ ਡਾਟਾ ਨਹੀਂ ਮਿਲੂਗਾ ਸ਼ਾਇਦ। ਪਰ ਮੇਰੇ ਹਿਸਾਬ ਨਾਲ ਇਹ ਕਰੂਜ਼ ਤਾਂ ਬਹੁਤ ਮਹਿੰਗੀ ਹੋਊ, ਬਹੁਤ ਮਹਿੰਗੀ। ਕੀ ਪਤਾ ਸਸਤੀ ਵੀ ਹੋਵੇ ਯਾਰ, ਪਤਾ ਨਹੀਂ, ਪਰ ਦੇਖਣ ਨੂੰ ਨਹੀਂ, ਕਿਉਂਕਿ 10 ਫਲੋਰ ਯਾਰ, ਮਤਲਬ ਬਹੁਤ ਮਾਇਨੇ ਰੱਖਦੇ। 11-12 ਫਲੋਰ ਹੀ ਹੋ ਗਏ, 10 ਤਾਂ ਰੂਮ ਹੈ ਨਾ, 14-15 ਮਾਲਾ, 14-15 ਫਲੋਰ ਹੈਗੇ ਆ, ਮਾਲਾ ਮਤਲਬ ਫਲੋਰ ਨਾ, ਬੋਂਬੇ ਵਾਲੇ ਮਾਲਾ ਬੋਲਦੇ। ਮੇਰਾ ਐਕਸੈਂਟ, ਮੈਂ ਬੋਂਬੇ ਵਾਲਾ ਬੋਲ ਲੇਤਾ ਹੂੰ, ਲੇਕਿਨ ਪੂਰੇ ਵਰਡ ਐਗਜੈਕਟ ਮੇਰੇ ਕੋ ਮਾਲੂਮ ਨਹੀਂ ਹੈ। ਇਹ ਮਾਲੂਮ ਨਹੀਂ, ਥੋੜੀ ਸੀ ਅਲੱਗ ਹੀ ਰਹਿੰਦੀ ਹੈ, ਇਹ ਮਾਲੂਮ ਨਹੀਂ ਵਾਲਾ ਵੀ ਵਹੀ ਵਹੀ ਹੈ ਨਾ, ਮਾਲੂਮ ਵਿੱਚ ਨਹੀਂ ਆਪਣੇ ਕੋ। ਇਹ ਵੀਡੀਓ ਮੰਨ ਲਓ ਯਾਰ ਜਿੱਥੇ ਵੀ ਖਤਮ ਹੋ ਜਾਵੇ, ਹੈ ਨਾ, ਅਤੇ ਉਸ ਤੋਂ ਬਾਅਦ ਅਗਲੀ ਵੀਡੀਓ ਦਾ ਵੇਟ ਕਰਿਓ, ਕਿਉਂਕਿ ਯਾਰ ਮੈਂ ਕੰਟੀਨਿਊਸਲੀ ਬਣਾਉਂਦਾ ਰਹੂੰਗਾ, ਪਰ ਬਹੁਤ ਲੰਬੀ ਵੀਡੀਓ ਵੀ ਹੋ ਜਾਂਦੀ ਹੈ ਤਾਂ ਫਿਰ ਉਹ ਵਧੀਆ ਨਹੀਂ ਲੱਗਦੀ। ਸੋ ਉਸ ਕਰਕੇ ਕੀ ਹੈ ਕਿ ਪਾਰਟਸ ਦੇ ਵਿੱਚ ਬਣਦੀ ਰਹੂਗੀ, ਸੋ ਪਾਰਟਸ ਦੇ ਵਿੱਚ ਜਿਹੜਾ ਨਾ ਇੰਜੋਏ ਕਰਦੇ ਰਹੋ ਤੁਸੀਂ ਯਾਰ ਕੰਮ।